ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ 'ਤੇ ਜਾ ਕੇ ਇਸ ਨੂੰ ਡਾਊਨਲੋਡ ਕਰਕੇ ਤੁਸੀਂ 24 hours TV84 ਦੀ ਲਾਈਵ ਸਟ੍ਰੀਮ ਨੂੰ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਦਾ ਪਹਿਲਾ ਅਹਿਮ ਇਸ਼ੂ ਸੀ ਕਿ ਨੇਪਾਲੀ ਅਖਬਾਰ ਨੇ ਗੁਆਂਢੀ ਖਾਲਿਸਤਾਨ ਦਾ ਸਮਰਥਨ ਕੀਤਾ, ਰਾਣੀ ਜਿੰਦਾ ਨੂੰ ਵੀ ਯਾਦ ਕੀਤਾ। ਸੋ ਅੱਜ ਦਾ ਅਗਲਾ ਇਸ਼ੂ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹੌਲੀ ਹੌਲੀ ਬਹੁਤ ਸਾਰਾ ਕੁਛ ਬਾਹਰ ਆ ਰਿਹਾ ਨਵੰਬਰ 84 ਨਾਲ ਰਿਲੇਟਡ। ਬੇਸ਼ੱਕ ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਕਿਹਾ ਵੀ ਨਵੰਬਰ 84 ਇੱਕ ਸਿਆਸੀ ਫੁੱਟਬਾਲ ਹੈ ਜਿਹੜਾ ਕਿ ਕਾਂਗਰਸ ਔਰ BJP ਸਿੱਖਾਂ ਦੇ ਵਿਹੜੇ 'ਚ ਆ ਕੇ ਖੇਡਦੀ ਹੈ। ਬਿਲਕੁਲ, ਉਹ ਉਹਨੂੰ ਠੁੱਡ ਮਾਰ ਕੇ ਉੱਧਰ ਨੂੰ ਕਰ ਦਿੰਦੀ ਹੈ ਵੀ ਤੁਸੀਂ ਆਹ ਕੀਤਾ, ਉਹਨੂੰ ਉੱਧਰ ਨੂੰ ਕਰ ਦਿੰਦੀ ਹੈ, ਵਿੱਚੇ ਗੁਜਰਾਤ ਨੂੰ ਘੜੀਸ ਲੈਂਦੇ ਨੇ 2002 ਨੂੰ। ਲੇਕਿਨ ਇਸ ਸਭ ਦਾ ਇਹ ਜ਼ਰੂਰ ਹੈ ਕਿ 34-35 ਸਾਲਾਂ 'ਚ, ਕਿਉਂਕਿ ਸਿੱਖਾਂ ਨੇ ਨਾ ਤਾਂ ਕਾਨੂੰਨੀ ਲੜਾਈ ਦਾ ਪੱਲਾ ਛੱਡਿਆ, ਭਾਵੇਂ ਇਹ ਵੀ ਪਤਾ ਹੈ ਵੀ ਉਹਨਾਂ ਦੀਆਂ ਸਪੈਸ਼ਲ ਇਨਵੈਸਟੀਗੇਟਿਵ ਟੀਮਾਂ ਹੋਣ, ਕੋਰਟ ਹੋਣ, ਹਾਈ ਕੋਰਟ, ਸੁਪਰੀਮ ਕੋਰਟ, ਜੇ ਹਾਈ ਕੋਰਟ ਨੇ ਤਰਲੋਕਪੁਰੀ ਦੇ 15 ਦੋਸ਼ੀਆਂ ਨੂੰ ਸਜ਼ਾ ਦਿੱਤੀ ਸੀ, ਸੁਪਰੀਮ ਕੋਰਟ ਨੇ ਛੱਡਤੇ, ਉਹਨਾਂ ਨੇ ਕਿਹਾ ਜੀ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੈ, ਕੋਈ ਵਿਟਨੈਸ ਨਹੀਂ ਹੈ। ਔਰ ਹੁਣ ਅਸੀਂ ਦੇਖ ਰਹੇ ਹਾਂ ਭਾਵੇਂ ਸੱਜਣ ਕੁਮਾਰ ਨੂੰ ਉਮਰ ਕੈਦ ਦੇ ਉੱਤੇ ਪੁੱਠੀਆਂ ਛਾਲਾਂ, ਅਕਾਲੀ ਮਨਜਿੰਦਰ ਸਿਰਸਾ ਜਾਂ ਇਹਨਾਂ ਦੇ ਦਲਾਲ BJP ਦੇ ਜਿਹੜੇ ਜਿਹਨਾਂ ਨੇ ਅਕਾਲੀ ਦਲ ਨੂੰ RSS ਦੀ ਐਕਸਟੈਂਸ਼ਨ ਬਣਾ ਦਿੱਤਾ ਹੈ, ਉਹ ਮਾਰ ਰਹੇ ਨੇ, ਪਰ ਇਹਦੀ ਵੀ ਜਾ ਕੇ ਸੁਪਰੀਮ ਕੋਰਟ 'ਚ ਜ਼ਮਾਨਤ ਹੋ ਜਾਣੀ। ਪਰ ਕਿਉਂਕਿ ਸਿੱਖਾਂ ਦੇ ਵਿੱਚ ਇੱਕ ਰੋਹ ਹੈ, ਹਾਲਾਂਕਿ ਮੈਂ ਇਸ ਦੇ ਨਾਲ ਹੀ ਦੇਖਦਾ ਕਿ ਵੀ ਜਿਹੜਾ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਵੀ ਮੁਸਲਮਾਨਾਂ ਦੇ ਨਾਲ 47 ਤੋਂ ਬਾਅਦ ਭਾਰਤ 'ਚ ਦੰਗਿਆਂ ਦੇ ਨਾਂ ਥੱਲੇ ਇਵੇਂ ਹੀ ਵਡਾਂਗਾ ਹੁੰਦਾ ਰਿਹਾ। ਬਾਬਰੀ ਮਸੀਤ ਵੀ ਢਾਈ ਗਈ ਔਰ ਉਸ ਤੋਂ ਬਾਅਦ 1000 ਤੋਂ ਜ਼ਿਆਦਾ ਮੁਸਲਮਾਨ ਇਕੱਲਾ ਮੁੰਬਈ ਸ਼ਹਿਰ 'ਚ ਸ਼ਿਵ ਸੈਨਾ ਨੇ ਜਿਹੜਾ ਜਨਵਰੀ ਦੇ ਮਹੀਨੇ 'ਚ ਮਾਰ ਮੁਕਾਇਆ, ਹਜ਼ਾਰਾਂ ਗੁਜਰਾਤ ਦੇ ਵਿੱਚ ਮਾਰ ਮੁਕਾਏ। ਲੇਕਿਨ ਇਹਦੇ ਬਾਵਜੂਦ ਇਸ ਇਸ਼ੂ ਦੇ ਉੱਤੇ ਕੋਈ ਭਾਰਤ ਦੀਆਂ ਇਸਲਾਮਿਕ ਜਥੇਬੰਦੀਆਂ ਜਾਂ ਉਹਨਾਂ ਦਾ ਆਵਾਮ ਜਾਂ ਦੂਸਰਾ ਇਹਨੂੰ ਕਦੇ ਕੋਈ ਇਹ ਇਸ਼ੂ ਨਹੀਂ ਬਣਦਾ ਹੈ ਕਿ ਵੀ ਇਸ ਨੂੰ, ਹਾਂ ਕਸ਼ਮੀਰੀ ਆਪਣੇ ਹੱਕਾਂ ਲਈ ਖਲੋਤੇ ਨੇ, ਉਹਨਾਂ ਦੇ ਲਈ ਇਹ ਭਾਵੇਂ ਇੰਡੀਅਨ ਸਿਸਟਮ ਜਿਹੜਾ ਅਫਜ਼ਲ ਗੁਰੂ ਨੂੰ ਆਤੰਕਵਾਦੀ ਬਣਾ ਦੇ, ਉਹ ਉਹਨੂੰ ਹੀਰੋ ਮੰਨਦੇ ਨੇ, ਇਸੇ ਤਰ੍ਹਾਂ ਵਰਹਾਨ ਵਾਨੀ ਉਹਨੂੰ ਇਹ ਦਹਿਸ਼ਤਗਰਦ ਕਹਿ ਕੇ ਮਾਰ ਦੇਣ, ਉਹ ਉਹਨਾਂ ਦਾ ਨਾਇਕ ਹੈ। ਔਰ ਅੱਜ ਵੀ ਕਸ਼ਮੀਰ ਦੇ ਵਿੱਚ ਹੁਣ ਜਦੋਂ ਕਿ ਇਹਨਾਂ ਦੀ ਫੌਜ ਪੂਰੇ ਉੱਥੇ ਜ਼ੁਲਮ ਕਰ ਰਹੀ ਹੈ, ਪਿਛਲੇ ਕੱਲ੍ਹ ਵੀ ਇੱਕ ਮੁਕਾਬਲੇ 2 ਫੌਜੀ ਮਾਰੇ ਗਏ, 4 ਹੋਰ ਸਿਵਿਲੀਅਨ ਉਹਨਾਂ ਨੇ ਮਾਰੇ। ਔਰ ਲੇਕਿਨ ਇਹ ਹੈ ਕਿ ਉੱਥੇ ਲੋਕ ਸੜਕਾਂ 'ਤੇ ਨਿਕਲੇ ਹੋਏ ਨੇ, ਰੋਜ਼ਾਨਾ ਆਲਮੋਸਟ ਬੰਦ ਹੁੰਦਾ, 2 ਛੋਟੀਆਂ ਬੱਚੇ, ਇੱਕ ਛੋਟੀ ਬੱਚੀ 3 ਸਾਲ ਦੀ ਜਿਹਦੇ ਨਾਲ ਜਬਰ ਜਨਾਹ ਹੋਇਆ, ਇੱਕ ਹੋਰ ਨਾਬਾਲਗ ਦੇ ਨਾਲ ਹੋਇਆ ਜਿਹੜੀ ਮਾਈਨਰ ਸੀ, ਔਰ ਲੋਕ ਬਾਹਰ ਨਿਕਲੇ ਨੇ। ਹੁਣ ਲੋਕ ਤਾਂ ਉੱਥੇ ਇਹ ਵੀ ਕਹਿੰਦੇ ਨੇ ਕਿ ਵੀ ਸਾਨੂੰ ਤੁਹਾਡਾ ਕਾਨੂੰਨ ਹੀ ਨਹੀਂ ਚਾਹੀਦਾ, ਅਸੀਂ ਸ਼ਰੀਅਤ ਲਾਗੂ ਕਰਨੀ ਹੈ, ਇਹ ਜਿਹੜਾ ਇਸ ਕਿਸਮ ਦਾ ਕੰਮ ਕਰਨ ਵਾਲਾ ਇਹਨੂੰ ਮਾਰਨਾ ਹੈ। ਦੂਜਾ ਉਹਦੀ ਹਮਾਇਤ ਈਵਨ ਮਹਿਬੂਬਾ ਮੁਫਤੀ ਨੇ ਵੀ ਕੀਤੀ ਹੈ। ਲੇਕਿਨ ਇੱਕ ਕਸ਼ਮੀਰ ਨੂੰ ਛੱਡ ਕੇ ਬਾਕੀਆਂ ਨੇ ਤਾਂ ਇਹ ਮੰਨ ਹੀ ਲਿਆ ਜੋ ਸਾਡੇ ਨਾਲ ਹੋਇਆ ਹੁੰਦਾ ਹੀ ਰਹਿਣਾ। ਲੇਕਿਨ ਘੱਟੋ ਘੱਟ ਇਹ ਡਾਇਸਪੋਰਾ ਸਿੱਖਾਂ ਦੀ ਬਦੌਲਤ ਹੈ। ਮੈਂ ਸਮਝਦਾ ਕਿ ਜੇ ਡਾਇਸਪੋਰਾ 'ਚ ਬੈਠਾ ਮੁਸਲਮਾਨ ਜਿਹੜਾ ਭਾਰਤੀ ਮੂਲ ਦਾ, ਹੈਦਰਾਬਾਦੀ, ਲਖਨਵੀ, ਦੂਜੇ ਤੀਜੇ, ਉਹਨਾਂ ਨੇ ਇੱਥੇ ਕੋਈ ਆਵਾਜ਼, ਉਹ ਤਾਂ ਉਹ ਇੱਥੇ ਵੀ ਫੁੱਸਫੁੱਸ ਕਰਦੇ, ਮੈਂ ਡਰਾਇੰਗ ਰੂਮਾਂ 'ਚ ਬਹਿ ਕੇ ਡਰੇ ਬੈਠੇ ਹੁੰਦੇ ਨੇ, ਅਤੇ ਉਹਨਾਂ ਦੀ ਆਵਾਜ਼ ਉੱਥੇ ਤਾਂ ਉਹਨਾਂ ਨੇ ਆਵਾਜ਼ ਚੁੱਕਣੀ ਨਹੀਂ, ਵੈਸੇ ਵੀ ਗੁਰਬਤ ਦੇ ਮਾਰੇ ਹੋਏ ਨੇ। ਪਰ ਡਾਇਸਪੋਰਾ ਸਿੱਖਾਂ ਦੀ ਆਵਾਜ਼ ਔਰ ਲਗਾਤਾਰਤਾ ਨਾਲ ਉਹ ਅਮਰੀਕਾ ਹੋਏ, ਕੈਨੇਡਾ ਹੋਏ, ਯੂਰਪ ਹੋਏ,
ਉਹਨਾਂ ਦੀਆਂ ਸਟੇਟ ਅਸੈਂਬਲੀਆਂ ਪਾਰਲੀਮੈਂਟਸ ਦੇ ਵਿੱਚ ਨਸਲਕੁਸ਼ੀ ਰੈਕਗਨਾਈਜ਼ ਕਰਵਾਉਣਾ, ਉੱਥੇ ਜਿਹੜੇ ਵਿਕਟਮ ਨੇ, ਪੀੜਤ ਨੇ, ਉਹਨਾਂ ਵੱਲੋਂ ਲਗਾਤਾਰ ਕਾਨੂੰਨੀ ਲੜਾਈ ਜਾਰੀ ਰੱਖਣਾ। ਇਹ ਵੀ ਸਿਆਸੀ ਪਾਰਟੀਆਂ, ਖਾਸ ਤੌਰ 'ਤੇ ਕਾਂਗਰਸ ਜਿਹੜੀ ਹੈ ਨੇੜੇ ਆ ਕੇ, ਜੇ ਹੁਣ ਉਹ ਸੈਮ ਪੈਤਰਾ, ਉਹਨੇ ਕਿਹਾ ਉਹੀ ਹੈ ਜੋ ਰਾਜੀਵ ਗਾਂਧੀ ਦੀ ਬੋਲੀ ਸੀ, ਜੇ ਰਾਜੀਵ ਗਾਂਧੀ ਨੇ ਕਿਹਾ ਸੀ ਵੀ ਇਹਨਾਂ ਨੂੰ ਸਬਕ ਸਿਖਾਓ, ਅਤੇ ਉਹ ਵੀ ਕਹਿ ਰਿਹਾ ਹੂਆ ਸੋ ਹੂਆ। ਲੇਕਿਨ ਉਸ ਤੋਂ ਬਾਅਦ ਕਿਵੇਂ ਈਵਨ ਪਾਰਟੀ ਨੇ ਡਿਸਟੈਂਸ ਕੀਤਾ, ਰਾਹੁਲ ਗਾਂਧੀ ਆ ਕੇ ਬਰਗਾੜੀ 'ਚ ਖਲੋ ਕੇ ਕਹਿ ਰਿਹਾ ਕਿ ਜੀ ਬਿਲ ਬਹੁਤ ਬੁਰਾ ਹੂਆ, ਸਜ਼ਾ ਮਿਲਣੀ ਚਾਹੀਦੀ, ਤੇਰੇ ਪਿਓ ਨੇ ਕੀਤਾ। ਲੇਕਿਨ ਇਸ ਸਾਰੇ 'ਚੋਂ ਇਹ ਪਾਰਟ ਜ਼ਰੂਰ ਹੈ ਕਿ ਉਹ ਇਹ ਸਮਝਦੇ ਨੇ ਕਿ ਸਿੱਖ ਭੁੱਲਦੇ ਨਹੀਂ ਨੇ, ਜਿਹੜਾ ਭੁੱਲ ਜਾਏ ਉਹ ਫਿਰ ਸਿੱਖ ਨਹੀਂ ਹੈ, ਜ਼ਾਹਰ ਹੈ। ਇਹ ਤਾਂ ਉਹ ਜਿਵੇਂ ਇੱਕ ਪਾਕਿਸਤਾਨੀ ਇੰਟੈਲੈਕਚੁਅਲ ਨੇ ਇੱਕ ਵਾਰ ਆਪਣੇ ਟਾਕ ਸ਼ੋਅ 'ਤੇ ਕਿਹਾ, ਉਹਨੇ ਕਿਹਾ ਜੀ ਜਲਿਆਂਵਾਲੇ ਬਾਗ 'ਚ ਹਿੰਦੂ ਵੀ ਮਾਰੇ ਗਏ, ਮੁਸਲਮਾਨ ਵੀ ਮਾਰੇ ਗਏ, ਸਿੱਖ ਵੀ ਮਾਰੇ ਗਏ, ਲੇਕਿਨ ਇੱਕ ਸਿੱਖਾਂ ਦਾ ਮੁੰਡਾ ਹੀ ਜਿਹੜਾ ਉਹ ਉਹਦੇ ਮਗਰ ਤੁਰ ਪਿਆ ਮਾਈਕਲ ਅਡਵਾਇਰ ਦੇ, 21 ਸਾਲ ਬਾਅਦ ਜਾ ਕੇ ਉਹਨੇ ਲੰਡਨ ਦੇ ਵਿੱਚ ਫੁੰਡਿਆ ਕਿ ਵੀ ਕੁਛ ਤਾਂ ਹੈ, ਜ਼ਿੰਦਾ ਕੌਮ ਹੈ। ਉਹ ਇਹ ਕਹਿਣਾ ਚਾਹੁੰਦਾ ਸੀ ਵੀ ਇਹ ਸਿੱਖ ਜ਼ਿੰਦਾ ਕੌਮ ਹੈ। ਸੋ ਮੈਂ ਸਮਝਦਾ ਹਾਂ ਵੀ ਸਾਨੂੰ ਜੇ ਅਸੀਂ ਭੁੱਲਣਾ ਵੀ ਚਾਹੀਏ ਜਾਂ ਬਹਿਣਾ ਵੀ ਚਾਹੀਏ, ਜਿਵੇਂ ਕਈ ਵਾਰ ਹੋ ਜਾਂਦੀ ਹੈ ਇਸ ਕਿਸਮ ਦੀ ਜਿਹੜੀ ਜਿਹਨੂੰ ਤੁਸੀਂ ਕਹੋ ਕਿ ਵੀ ਕਾਇੰਡ ਆਫ ਫਰਸਟ੍ਰੇਸ਼ਨ ਕੁਛ ਤਬਕੇ ਦੇ ਵਿੱਚ, ਲੇਕਿਨ ਸਾਡਾ ਇਤਿਹਾਸ ਸਾਨੂੰ ਨਹੀਂ ਬਹਿਣ ਦਿੰਦਾ। ਹੁਣ ਜਿਹੜੇ ਜੇ ਦੋ ਵੇਲੇ ਅਸੀਂ ਪ੍ਰੇਅਰ ਦੇ ਵਿੱਚ ਆਪਣੀ ਹਿਸਟਰੀ ਯਾਦ ਕਰਨੀ ਹੈ ਕਿ ਕਿਹਨਾਂ ਕਿਹਨਾਂ ਟੋਰਚਰਸ 'ਚੋਂ ਔਰ ਘੱਲੂਘਾਰਿਆਂ 'ਚੋਂ ਲੰਘ ਕੇ ਵੀ ਅਸੀਂ ਸਿੱਖੀ ਕਾਇਮ ਰੱਖੀ, ਅਤੇ ਇਹ ਸਾਰਾ ਪੜ੍ਹ ਕੇ ਫਿਰ ਅਸੀਂ ਕਹਿਣਾ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬੱਚੇ ਸ਼ਰਨ ਜੋ ਹੋਏ, ਤਾਂ ਕਿਵੇਂ ਭੁੱਲ ਜਾਏਗਾ। ਹੁਣ ਇਸ ਸਾਰੀ ਡਿਬੇਟ ਦੇ ਵਿੱਚ ਇੱਕ ਸਿੱਖ ਤਾਂ ਕਹਿ ਹੀ ਰਹੇ ਸੀ ਵੀ ਰਾਜੀਵ ਗਾਂਧੀ ਔਰ ਇਹ ਸਾਰੇ ਜ਼ਿੰਮੇਵਾਰ ਨੇ, ਬੀਜੇਪੀ ਵਾਲੇ ਬਾਹਰ ਵੋਟਾਂ ਲਈ ਕਹਿੰਦੇ ਸੀ, ਪਰ ਅੰਦਰੂਨੀ ਤੌਰ 'ਤੇ ਨਾਨਾਵਤੀ ਕਮਿਸ਼ਨ ਜਿਹਨੇ ਨਵੰਬਰ 84 ਔਰ 2002 ਦੋਨਾਂ ਦੀ ਪੜਤਾਲ ਕੀਤੀ, ਔਰ ਇਹ ਵਾਜਪਾਈ ਦੇ ਵੇਲੇ ਕਮਿਸ਼ਨ ਬਣਿਆ ਸੀ, ਉਹਨਾਂ ਨੇ ਸਹਿਮਤੀ ਨਾਲ ਨਵੰਬਰ 84 'ਚੋਂ ਰਾਜੀਵ ਗਾਂਧੀ ਨੂੰ ਬਰੀ ਕਰ ਦਿੱਤਾ, 2002 'ਚੋਂ ਮੋਦੀ ਨੂੰ ਕਰ ਦਿੱਤਾ। ਪਰ ਯੂਪੀ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਨੇ ਸੁਲੱਖਣ ਸਿੰਘ, ਔਰ ਇਹ ਇਹਨਾਂ ਨੇ ਆਪਣੇ ਟਵੀਟ ਦੇ ਉੱਤੇ ਜਿਹੜਾ ਕੱਲ੍ਹ ਇੱਕ ਟਵੀਟ ਕੀਤਾ, ਉਹ ਹਿੰਦੀ 'ਚ ਹੈ ਪਰ ਕਿਉਂਕਿ ਉਹਦੀ ਹਾਲਾਂਕਿ ਅੰਗਰੇਜ਼ੀ ਬਹੁਤ ਸਾਰੇ ਮੀਡੀਆ ਦੀ ਇਹ ਖਬਰ ਰਹੀ ਹੈ, ਪਰ ਮੈਨੂੰ ਇਹ ਹੁੰਦਾ ਵੀ ਕਈ ਵਾਰੀ ਲੈਂਗੁਏਜ ਦੀ ਇੱਕ ਆਪਣੀ ਨੁਆਂਸ ਹੁੰਦੀ ਹੈ, ਜੇ ਹਿੰਦੀ 'ਚ ਹੈ ਤਾਂ ਉਹਦੇ ਉਹਨੂੰ ਸਮਝਣ ਦੇ ਲਈ ਜਿਹੜੀ ਉਹਦੀ ਠੀਕ ਨੁਆਂਸ ਉਹ ਹਿੰਦੀ 'ਚ, ਉਹਦੇ 'ਚ ਉਹਨੇ ਲਿਖਿਆ ਕਿ 1984 ਮੇਂ ਸਿੱਖੋਂ ਕੇ ਖਿਲਾਫ਼ ਹੋਈ ਮਾਰਕਾਟ ਕੋਈ ਦੰਗਾ ਨਹੀਂ ਥਾ। ਇਹ ਹੁਣ ਯੂਪੀ ਦਾ DGP ਸਾਬਕਾ ਜਿਹੜਾ ਪੁਲਿਸ ਹੈ ਉਹ ਕਹਿ ਰਿਹਾ ਕਿ ਦੰਗਾ ਦੋਨੋਂ ਤਰਫ ਸੇ ਮਾਰਕਾਟ ਕੋ ਕਹਿਤੇ ਹੈ। ਜ਼ਾਹਰ ਹੈ ਇਹ ਬੜੀ ਸਿੰਪਲ ਡੈਫੀਨੇਸ਼ਨ ਹੈ, ਜਦੋਂ ਅਸੀਂ ਰਾਇਟ ਕਹਿੰਦੇ ਹਾਂ ਉਹ ਦੋ ਤਰ੍ਹਾਂ ਦੇ ਵਿਚਾਲੇ ਹੁੰਦਾ, ਭਾਵੇਂ ਦੋ ਗਰੁੱਪ ਹੋਣ ਜਾਂ ਇੱਕ ਥਾਂ ਪਬਲਿਕ ਹੈ ਦੂਜੀ ਪੁਲਿਸ ਹੈ ਜਾਂ ਫੌਜ ਹੈ ਜਿਹੜੀ ਕੰਟਰੋਲ ਕਰ ਰਹੀ ਹੈ, ਉਹ ਦੋਨਾਂ ਦੇ ਵਿੱਚ ਹੋਏਗਾ ਦੰਗਾ ਜਿਹੜਾ ਹੈ, ਉਹਦੇ ਲਈ ਦੋ ਜਿਹੜੇ ਨੇ ਹੋਣੇ ਜ਼ਰੂਰੀ ਨੇ। ਦੰਗਾ ਦੋਨੋਂ ਤਰਫ ਮੇਂ ਸੇ ਮਾਰਕੀਟ ਦੋਨੋਂ ਤਰਫ ਸੇ ਮਾਰਕਾਟ ਕੋ ਕਹਿਤੇ ਹੈ, ਯੇ ਰਾਜੀਵ ਗਾਂਧੀ ਕੇ ਆਦੇਸ਼ ਪਰ ਉਨਕੇ ਚੁਣੇ ਹੋਏ ਵਿਸ਼ਵਾਸ ਪਾਤਰ ਕਾਂਗਰਸੀ ਨੇਤਾਓਂ ਦੁਆਰਾ ਖੁਦ ਖੜੇ ਹੋ ਕਰ ਕਰਵਾਇਆ ਗਿਆ ਨਰਸੰਹਾਰ ਥਾ। ਨਰਸੰਹਾਰ ਜੈਨੋਸਾਈਡ ਨੂੰ ਕਹਿੰਦੇ ਨੇ ਕਿ ਵੀ ਇਹ ਦੰਗੇ ਨਹੀਂ ਸੀ, ਇਹ ਤਾਂ ਜਿਹੜੇ ਰਾਜੀਵ ਗਾਂਧੀ ਦੇ ਟਰੱਸਟਵਰਦੀ ਸੀ ਉਹਨਾਂ ਨੇ ਖੁਦ ਖਲੋ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਿੱਖਾਂ ਦੀ ਜਿਹੜੀ ਹੈ ਨਸਲਕੁਸ਼ੀ ਕੀਤੀ ਜਾਏ। ਫਿਰ ਉਹਨੇ ਆਪਣਾ ਦਿੱਤਾ, ਉਹਨੇ ਕਿਹਾ ਕਿ ਵੀ ਇੰਦਰਾ ਗਾਂਧੀ ਜੀ ਕੀ ਹੱਤਿਆ ਕੇ ਦਿਨ 31 ਅਕਤੂਬਰ 1984 ਕੋ ਮੈਂ
6 ਡਾਊਨ ਪੰਜਾਬ ਮੇਲ ਸੇ ਲਖਨਊ ਸੇ ਵਾਰਾਨਸੀ ਜਾ ਰਿਹਾ ਥਾ। ਜਬ ਟ੍ਰੇਨ ਅਮੇਠੀ ਸਟੇਸ਼ਨ ਪਰ ਖੜੀ ਥੀ, ਉਸ ਸਮੇਂ ਇੱਕ ਵਿਅਕਤੀ ਜੋ ਵਹੀਂ ਸੇ ਟ੍ਰੇਨ ਮੇਂ ਚੜ੍ਹਾ ਥਾ, ਉਸਨੇ ਬਤਾਇਆ ਕਿ ਇੰਦਰਾ ਜੀ ਕੋ ਗੋਲੀ ਮਾਰ ਦੀ ਗਈ ਹੈ। ਵਾਰਾਨਸੀ ਤੱਕ ਕਹੀਂ ਕੋਈ ਬਾਤ ਨਹੀਂ ਹੋਈ। ਵਾਰਾਨਸੀ ਮੇਂ ਵੀ ਅਗਲੇ ਦਿਨ ਸੁਬਹਾ ਤੱਕ ਕੁਛ ਨਹੀਂ ਹੁਆ। ਹੁਣ ਇਹ ਇੱਕ ਬੜਾ ਸਟਰੋਂਗ ਆਰਗੂਮੈਂਟ ਹੈ ਜਦੋਂ ਇਹ ਕਹਿਣਾ ਕਿ ਜੀ ਲੋਕ ਭੜਕ ਪਏ ਜੀ ਇੰਦਰਾ ਕਿਉਂਕਿ ਮਾਂ ਸੀ ਸਾਡੀ ਅਤੇ ਸਿੱਖਾਂ ਨੇ ਕੀਤਾ। ਹੁਣ ਇਹ ਕਹਿ ਰਿਹਾ ਵੀ ਮੈਂ ਜਾ ਰਿਹਾ ਸੀ ਫਲਾਂ ਟ੍ਰੇਨ ਰਾਹੀਂ ਲਖਨਊ ਤੋਂ ਵਾਰਾਨਸੀ, ਔਰ ਰਾਹ 'ਚ ਜੇ ਤੂੰ ਇੱਕ ਮੁਸਾਫਰ ਚੜ੍ਹਿਆ ਉਹਨਾਂ ਜ਼ਮਾਨੇ 'ਚ ਜੇ ਮੋਬਾਈਲ ਫੋਨ ਤਾਂ ਦੂਜੇ ਦੀ ਜੇ ਹੈ, ਉਹਨੇ ਦੱਸਿਆ ਵੀ ਗੋਲੀ ਮਾਰ ਦਿੱਤੀ। ਉਹਨਾਂ ਨੇ ਕਿਹਾ ਵੀ ਸਾਰਾ ਮੈਂ ਪਹੁੰਚਿਆ, ਕੁਛ ਨਹੀਂ ਸੀ। ਅਗਲੇ ਦਿਨ ਵੀ ਜਿਹੜਾ ਕੁਛ ਨਹੀਂ ਹੋਇਆ, ਔਰ ਅਗਲੀ ਸਵੇਰ ਤੱਕ ਵੀ ਵਾਰਾਨਸੀ 'ਚ ਕੁਛ ਨਹੀਂ। ਉਸਕੇ ਬਾਅਦ ਯੋਜਨਾਬੱਧ ਤਰੀਕੇ ਸੇ ਘਟਨਾਏ ਕੀ ਗਈ, ਇਹ ਉਸ ਤੋਂ ਬਾਅਦ ਪਲੈਨ, ਕਿਉਂਕਿ ਰਾਜੀਵ ਗਾਂਧੀ ਉਦੋਂ ਅਜੇ ਕਲਕੱਤੇ ਸੀ ਜਿੱਥੋਂ ਇਹ ਫਲਾਈ ਕਰਕੇ ਉੱਥੇ ਪਹੁੰਚਿਆ, ਫਿਰ ਇਹ ਦੇਖਣ ਗਿਆ ਮਰੀ ਹੋਈ ਸੀ ਮਾਂ ਤਾਂ, ਔਰ ਆ ਵਾਪਸ ਆ ਕੇ ਇਹਨੇ ਜਦੋਂ ਰਾਤ ਨੂੰ ਕੀਤਾ, ਅਗਲੇ ਦਿਨ ਫਿਰ ਇਸ ਦੀ ਸ਼ੁਰੂਆਤ ਹੁੰਦੀ ਹੈ। ਔਰ ਉਹਦੇ 'ਚ ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਉਹਦੇ ਵਿਸ਼ਵਾਸ ਪਾਤਰ ਸੀ ਇਹ ਸਾਰੇ MP ਸੀ, HKL ਭਗਤ ਮੈਂਬਰ ਪਾਰਲੀਮੈਂਟ ਸੀ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਔਰ ਲਲਿਤ ਮਾਕਨ ਜਿਹੜਾ ਜਿਸ ਨੂੰ ਬਾਅਦ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ, ਅਰਜਨ ਦਾਸ, ਇਹ ਸਾਰੇ ਕੋਈ MLA ਸੀ ਕੋਈ MP ਸੀ, ਉਹਨਾਂ ਨੂੰ ਉਹਨੇ ਰਾਜੀਵ ਗਾਂਧੀ ਨੇ ਔਰ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਪੂਰਾ ਉਹਦੀ ਨਿਗਰਾਨੀ ਕਰ ਰਿਹਾ ਸੀ ਉਹ ਕਮਲਨਾਥ ਸੀ, ਜਿਹਨੂੰ ਹੁਣ ਰਾਹੁਲ ਗਾਂਧੀ ਨੇ ਜਿਹੜਾ ਇੱਧਰ ਆ ਕੇ ਮਾਫ਼ੀ ਮੰਗ ਰਿਹਾ, ਉਹਨੇ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਬਣਾਇਆ, ਔਰ ਇਹਦਾ ਜ਼ਿਕਰ ਈਵਨ ਮਿਸਟਰ ਸੁਲੱਖਣ ਸਿੰਘ ਨੇ ਵੀ ਕੀਤਾ। ਉਸਕੇ ਬਾਅਦ ਯੋਜਨਾਬੱਧ ਤਰੀਕੇ ਸੇ ਘਟਨਾਏ ਕੀ ਗਈ, ਅਗਰ ਜਨਤਾ ਕੇ ਗੁੱਸੇ ਕਾ ਆਊਟਬਸਟ ਹੋਣਾ ਹੋਤਾ ਤੋ ਤੁਰੰਤ ਹੋ ਜਾਤਾ, ਜੇ ਗੁੱਸਾ ਹੀ ਹੁੰਦਾ ਲੋਕਾਂ ਦਾ ਫਿਰ ਇਕਦਮ ਹੋਣਾ ਸੀ। ਬਾਕਾਇਦੇ ਯੋਜਨਾ ਬਣਾ ਕਰ ਨਰਸੰਹਾਰ ਸ਼ੁਰੂ ਕੀਤਾ ਗਿਆ। ਜਗਦੀਸ਼ ਟਾਈਟਲਰ, ਮਾਕਨ, ਸੱਜਣ ਕੁਮਾਰ ਮੁੱਖ ਆਪਰੇਟਰ ਥੇ, ਰਾਜੀਵ ਗਾਂਧੀ ਕੇ ਵਿਸ਼ੇਸ਼ ਵਿਸ਼ਵਾਸ ਪਾਤਰ ਕਮਲਨਾਥ ਮੋਨੀਟਰਿੰਗ ਕਰ ਰਹੇ ਥੇ। ਹੁਣ ਇੱਕ DGP ਲੈਵਲ ਦਾ, ਇਹ ਕੋਈ ਆਮ ਪੱਤਰਕਾਰ ਨਹੀਂ ਕਹਿ ਰਿਹਾ ਗਿਆ ਜੀ ਉਹਨੇ ਸੁਣੀ ਸੁਣਾਈ ਕਰ ਲਿਆ, ਜਿਹੜਾ ਡਾਇਰੈਕਟਰ ਜਨਰਲ ਪੁਲਿਸ ਹੈ ਇੱਕ UP ਦੀ ਸਟੇਟ ਦਾ, ਕੋਈ ਸਿੱਖ ਨਹੀਂ ਹੈ, ਉਹਨੇ ਜਦੋਂ ਇਹ ਕਿਹਾ ਤਾਂ ਇਹਦਾ ਮਤਲਬ ਇਹ ਹੈ ਵੀ ਉਹਦੇ ਕੋਲ ਅੰਦਰੂਨੀ ਜਾਣਕਾਰੀ ਵੀ ਹੋਏਗੀ ਕਿਉਂਕਿ ਅਪਰ ਲੈਵਲ 'ਤੇ ਪਤਾ ਹੁੰਦਾ ਵੀ ਕੌਣ ਕੀ ਸੀ। ਉਹਨੇ ਕਿਹਾ ਵੀ ਕਮਲਨਾਥ ਮੋਨੀਟਰ ਕਰ ਰਿਹਾ ਸੀ ਔਰ ਇਹ ਸਾਰੀ ਟੀਮ ਨੇ ਜਿਹੜਾ ਉਹ ਜੈਨੋਸਾਈਡ ਕੀਤਾ। ਨਰਸੰਹਾਰ ਕੇ ਉੱਪਰ ਰਾਜੀਵ ਗਾਂਧੀ ਕਾ ਬਿਆਨ ਉਹੀ ਕਿ ਜਬ ਕੋਈ ਬੜਾ ਵਰਿਕਸ਼ ਗਿਰਤਾ ਹੈ ਤੋ ਧਰਤੀ ਖਾਮਤੀ ਹੈ, ਔਰ ਇਨ ਸਭੀ ਆਤਤਾਈਓ ਕੋ ਸੰਰਕਸ਼ਣ ਕੇ ਸਾਥ ਸਾਥ ਅੱਛੇ ਪਦੋਂ ਪਰ ਤੈਨਾਤ ਕਰਨਾ ਉਨਕੀ ਸੰਲਿਪਤਾ ਕੇ ਜਨ ਸਵੀਕਾਰਿਆ ਸਬੂਤ ਹੈ। ਉਹਨੇ ਕਿਹਾ ਵੀ ਰਾਜੀਵ ਗਾਂਧੀ ਨੇ ਆਪਣੀ ਸਪੀਚ ਜਸਟੀਫਾਈ ਕੀਤਾ ਔਰ ਫਿਰ ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਕੀਤੀ ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਕੀਤਾ। ਜਗਦੀਸ਼ ਟਾਈਟਲ ਨੂੰ ਵੀ ਮਿਨਿਸਟਰ ਬਣਾਇਆ, ਉਦੋਂ MP ਸੀਗੇ, ਮਿਨਿਸਟਰ ਨਹੀਂ ਸੀ, ਔਰ ਜਿਹੜਾ HKL ਭਗਤ ਨੂੰ ਵੀ ਮਿਨਿਸਟਰ ਬਣਾਇਆ, ਉਹ ਪਹਿਲਾਂ ਵੀ ਮਿਨਿਸਟਰ ਸੀ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ, ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਉਹੀ ਸੀ ਸੂਚਨਾ ਪ੍ਰਸਾਰਣ ਮੰਤਰੀ, ਔਰ ਉਹ ਚੱਲ ਰਹੇ ਸੀ TV 'ਤੇ ਅਮਿਤਾਭ ਬੱਚਨ ਦੇ ਨਾਅਰੇ ਕਿ ਵੀ ਖੂਨ ਕਾ ਬਦਲਾ ਖੂਨ, ਜਿਹੜੀਆਂ ਭੀੜਾਂ ਚੱਲ ਰਹੀਆਂ ਨੇ ਲਗਾਤਾਰ ਦਿਖਾਇਆ ਜਾ ਰਿਹਾ ਸੀ। ਬਾਅਦ 'ਚ ਵੀ ਉਹਨਾਂ ਨੂੰ ਜਿਹੜਾ ਹੋਰ ਉੱਚੇ ਅਹੁਦਿਆਂ 'ਤੇ ਲਾਇਆ। ਰਾਜੀਵ ਗਾਂਧੀ ਕੇ ਮ੍ਰਿਤਯੂ ਕੇ ਬਾਅਦ ਵੀ ਕਾਂਗਰਸ ਸਰਕਾਰਾਂ ਦੁਆਰਾ ਇਨ ਵਿਅਕਤੀਓ ਕੋ ਸੰਰਕਸ਼ਣ ਤਥਾ ਪੁਰਸਕ੍ਰਿਤ ਕਰਨਾ ਇਨ ਸਭ ਕੀ ਸਹਿਮਤੀ ਦਰਸਾਤਾ ਹੈ। ਉਹਨੇ ਕਿਹਾ ਜੀ ਹੁਣ ਤਾਂ ਮਰਿਆ ਵੀ ਉਹਨੂੰ, ਰਾਜੀਵ ਗਾਂਧੀ ਨੂੰ ਇੰਨੇ ਸਾਲ ਹੋ ਗਏ,
ਉਸ ਤੋਂ ਬਾਅਦ ਵੀ ਇਹਨਾਂ ਨੂੰ ਪ੍ਰੋਟੈਕਸ਼ਨ ਦੇਣਾ ਸਾਰਿਆਂ ਨੂੰ, ਕਿਸੇ ਦੇ ਕੋਈ ਆਂਚ ਨਹੀਂ ਆਈ ਹੈ। ਹੁਣ ਵੀ ਸ਼ੀਲਾ ਦੀਕਸ਼ਿਤ ਜਿਹੜੀ ਐਮ ਪੀ ਲਈ ਖੜੀ ਆ, ਉਹਦਾ ਕੰਪੇਨ ਟਾਈਟਲ ਰਨ ਕਰ ਰਿਹਾ। ਕਮਲਨਾਥ ਨੂੰ ਦਿੱਲੀ 'ਚ ਐਮ ਪੀ ਬਣਾਇਆ। ਸੱਜਣ ਕੁਮਾਰ ਨੂੰ ਜ਼ਰੂਰ ਉਮਰ ਕੈਦ ਹੋਈ ਹੈ, ਆ ਜਾਏਗਾ ਬਾਹਰ ਸੁਪਰੀਮ ਕੋਰਟ 'ਚੋਂ ਨਿਕਲ ਕੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਇੰਪੋਰਟੈਂਟ ਪਾਰਟ ਹੈ ਕਿ ਵੀ ਇਸ ਸਾਰੇ 'ਚ ਇੱਕ ਡਾਇਰੈਕਟਰ ਜਨਰਲ ਪੁਲਿਸ ਦੀ ਵੀ ਇਹ ਟੈਸਟੀਮਨੀ, ਹਾਲਾਂ ਇਹਦੀ ਪੈਨਸ਼ਨ ਵੀ ਰੋਕ ਦੇਣਗੇ, ਕੁਛ ਹੋਰ ਵੀ ਕਰਨਗੇ, ਪਤਾ ਨਹੀਂ ਇਹਨੇ ਕਿਵੇਂ ਹਿੰਮਤ ਕੀਤੀ ਹੈ, ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਸਾਰੀਆਂ ਬਹਾਦਰ ਆਵਾਜ਼ਾਂ ਨੂੰ ਵੀ, ਕਲਮਾਂ ਨੂੰ ਵੀ। ਸੋ ਇੱਕ ਪਾਸੇ ਇਹ ਬੀਤੇ ਦੇ ਦਹਿਸ਼ਤਗਰਦੀ ਕਰਨ ਵਾਲਿਆਂ ਨੂੰ, ਸਿੱਖ ਨਸਲਕੁਸ਼ੀ ਕਰਨ ਵਾਲਿਆਂ ਨੂੰ ਆਇਡੈਂਟੀਫਾਈ ਕਰਨਾ, ਅਤੇ ਜਿਹੜੀ ਬੀਜੇਪੀ ਨਸਲ ਦੇ ਨੇ, ਪ੍ਰਗਿਆ ਠਾਕੁਰ ਜਿਹਦਾ ਜ਼ਿਕਰ ਕਿਤੇ ਨਾ ਕਿਤੇ ਆ ਜਾਂਦਾ, ਅੱਜ ਫਿਰ ਖਬਰਾਂ 'ਚ ਆ ਗਏ, ਔਰ ਅੱਜ ਇਹ ਹੈ ਕਿ ਵੀ ਇਹਨੂੰ ਭੋਪਾਲ ਦੇ ਵਿੱਚ ਇੱਕ ਇਹਨਾਂ ਦੇ ਐੱਨ ਡੀ ਟੀ ਵੀ ਦੇ ਪੱਤਰਕਾਰ ਨੇ ਪੁੱਛਿਆ ਕਿ ਜੀ ਕਮਲ ਹਸਨ ਨੇ ਕਿਹਾ ਵੀ ਨੱਥੂ ਰਾਮ ਗੋਡਸੇ ਜਿਹੜਾ ਉਹ ਆਜ਼ਾਦ ਭਾਰਤ ਦਾ ਪਹਿਲਾ ਜਿਹੜਾ ਉਹ ਅੱਤਵਾਦੀ ਸੀ, ਹਾਂਜੀ, ਅਤੇ ਉਹ ਕਹਿੰਦੇ ਵੀ ਨਹੀਂ, ਉਹ ਤਾਂ ਦੇਸ਼ ਭਗਤ ਥਾ, ਔਰ ਇਹਦਾ ਅਸੀਂ ਜਵਾਬ ਦਿਆਂਗੇ ਇਹਨਾਂ ਨੂੰ ਚੋਣਾਂ ਦੇ ਵਿੱਚ, ਉਹ ਤਾਂ ਬਹੁਤ ਉਹ ਦੇਸ਼ ਭਗਤ ਥਾ, ਦੇਸ਼ ਭਗਤ ਹੈ, ਦੇਸ਼ ਭਗਤ ਰਹੇਗਾ, ਗ੍ਰੇਟ ਪੈਟਰੀਓਟ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਪਾਸੇ ਗਾਂਧੀ ਦੀ ਫੋਟੋ ਲਾ ਕੇ ਬਹਿੰਦੇ ਨੇ ਰਾਜਘਾਟ, ਗਾਂਧੀ ਇਹਨਾਂ ਦਾ ਪਿਓ ਬਣਾਇਆ ਹੋਇਆ, ਵੀ ਉਹਨੂੰ ਫਿਰ ਪਿਓ ਨੂੰ ਕੱਢੋ ਬਾਹਰ, ਜਾਂ ਉਹ ਦੇਸ਼ ਭਗਤ ਹੈ ਜਾਂ ਉਹ ਦੇਸ਼ ਭਗਤ ਹੈ, ਇਹ ਦੋਵਾਂ 'ਚੋਂ ਇੱਕ ਤਾਂ ਟ੍ਰੇਟਰ ਹੈ ਨਾ, ਜੇ ਇੱਕ ਤਾਂ ਹਥਿਆਰ ਹੈ, ਜੇ ਗਾਂਧੀ ਨੂੰ ਮਾਰਨ ਵਾਲਾ ਦੇਸ਼, ਔਰ ਉਹਨਾਂ ਨੇ ਅੱਜ ਤੱਕ ਵੀ ਨੱਥੂ ਰਾਮ ਗੋਡਸੇ ਦੀ ਸਵਾਹ ਵੀ ਰੱਖੀ ਹੋਈ ਹੈ, ਅਖੰਡ ਭਾਰਤ ਬਣਨ 'ਤੇ ਉਹਨਾਂ ਨੇ ਜਿਹੜੀ ਹੈ ਗੰਗਾ 'ਚ ਡੋਲਣਾ ਉਹਨੂੰ, ਫਿਰ ਉਹ ਜਿਹੜਾ ਉਹਦਾ ਦਿਨ ਵੀ ਮਨਾਉਂਦੇ ਨੇ, ਉਹਦਾ ਮੰਦਿਰ ਵੀ ਬਣਾਉਣ ਲੱਗੇ ਸੀ ਮਹਾਰਾਸ਼ਟਰ 'ਚ, ਉਹਦੀ ਇਜਾਜ਼ਤ ਨਹੀਂ ਮਿਲੀ, ਔਰ ਪ੍ਰਗਿਆ ਠਾਕੁਰ ਜਿਹਨੂੰ ਮੋਦੀ ਨੇ ਪ੍ਰੋਟੈਕਟ ਕੀਤਾ, ਜਿੰਨੇ ਵੀ ਇੰਟਰਵਿਊ ਹੁੰਦੇ ਨੇ ਕਹਿੰਦੇ ਉਹ ਤਾਂ ਬੜੀ ਵਿਚਾਰੀ ਬੇਗੁਨਾਹ, ਇਸ ਤੋਂ ਪਹਿਲਾਂ ਉਹਨੇ ਹੇਮੰਤ ਕਾਰਕਰੇ ਜਿਹਨੂੰ ਸਭ ਤੋਂ ਵੱਡਾ ਸਿਵਿਲੀਅਨ ਅਵਾਰਡ ਦਿੱਤਾ ਹੋਇਆ, ਉਹਨੂੰ ਕਿਹਾ ਕਿ ਜੀ ਉਹ ਤਾਂ ਜਿਹੜਾ ਮੇਰਾ ਸਰਾਫ ਲੱਗਾ ਉਹਨੂੰ, ਤਾਂ ਹੀ ਉਹਦੀ ਕੁੱਲ ਨਾਸ ਹੋ ਗਈ, ਔਰ ਮੇਰੇ 'ਤੇ ਬੜਾ ਟੋਰਚਰ ਹੋਇਆ, ਮੈਂ ਤਾਂ ਐਵੇਂ ਝੂਠਾ ਪਸਾਇਆ। ਇਹ ਵੀ ਕਹਿ ਰਹੇ ਨੇ ਜੀ ਇਹ ਤਾਂ ਮੋਦੀ ਨੇ ਕਿਹਾ, ਨਾ ਕੋਈ ਆਤੰਕਵਾਦੀ ਹਿੰਦੂ ਹੋ ਹੀ ਨਹੀਂ ਸਕਦਾ, ਅਤੇ ਜਿਹੜਾ ਹਿੰਦੂ ਆਤੰਕਵਾਦੀ ਨਹੀਂ ਹੋ ਸਕਦਾ, ਅਤੇ ਜੇ ਕੋਈ ਹਿੰਦੂ ਹੈ ਤਾਂ ਉਹ ਹਿੰਦੂ ਹੀ ਨਹੀਂ ਹੈ। ਸੋ ਮਤਲਬ ਇਹ ਹੈ ਵੀ ਤੇਰੇ ਤੋਂ ਵੱਡਾ ਕਿਹੜਾ ਦਹਿਸ਼ਤਗਰਦ ਹੈ। ਹੁਣ ਅੱਜ ਇਹ ਕਿਉਂਕਿ ਇਸ ਵੇਲੇ ਮੌਸਮ ਚੱਲ ਰਿਹਾ ਬਿਆਨਬਾਜ਼ੀਆਂ ਦਾ, ਨਾਲ ਹੀ ਬੀਜੇਪੀ ਨੇ ਕਹਿੰਦੇ ਜੀ ਉਹਦੇ ਨਿੱਜੀ ਵਿਚਾਰ ਸਾਡਾ ਕੋਈ ਸੰਬੰਧ ਨਹੀਂ, ਉਹਨੇ ਵੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਕਿਉਂਕਿ ਖਬਰਾਂ ਉਹੀ ਨੇ, ਅਸੀਂ ਵੀ ਵਕਤ ਪੂਰਾ ਕਰਨਾ, ਕੁਛ ਨਾ ਕੁਛ ਤਾਂ ਡਿਸਕਸ, ਹੁਣ ਕਿੱਥੋਂ ਖਬਰਾਂ ਲੈ ਕੇ ਆਈਏ ਜਦੋਂ ਬਣਦੀਆਂ ਹੀ ਉੱਥੇ ਇਹ ਖਬਰਾਂ ਬਣ ਰਹੀਆਂ। ਇੱਕ ਪਾਸੇ ਕਾਂਗਰਸ ਹਿੰਦੂਤਵਾਦ ਦੀ ਬੀ ਟੀਮ, ਉਹਦੀ ਦਹਿਸ਼ਤਗਰਦੀ ਜਿਹਨੂੰ ਅਸੀਂ 35 ਸਾਲਾਂ ਤੋਂ ਲਗਾਤਾਰ ਭੋਗ ਰਹੇ ਹਾਂ, ਉਹਦੇ ਨਾਲ ਰਿਲੇਟਡ ਕੁਛ, ਔਰ ਇਹ ਹਿੰਦੂਤਵੀ ਜਿਨ੍ਹਾਂ ਨੇ ਮੋਦੀ ਨੂੰ 2014 ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਜਿਹੜਾ ਤਖ਼ਤ ਦੇ ਉੱਤੇ ਸਿੰਘਾਸਨ 'ਤੇ ਬਿਠਾਇਆ, 5 ਸਾਲ ਇਹਨੇ ਜਿਸ ਕਿਸਮ ਦੀਆਂ ਦੀ ਕੜੀ ਘੋਲੀ ਹੈ, ਔਰ ਹੁਣ ਇਹ ਜਾਂਦਾ ਜਾਂਦਾ ਵੀ ਕਦੇ ਕੋਈ ਪ੍ਰਗਿਆ ਠਾਕੁਰ ਆ ਗਈ, ਕੋਈ ਹੋਰ ਆ ਗਿਆ, ਇਹੀ ਕੁਛ ਚੱਲ ਰਿਹਾ। ਸੋ ਇਸ 'ਚੋਂ ਇੱਕ ਮੈਸੇਜ ਜ਼ਰੂਰ ਜਿਹੜਾ ਘੱਟ ਗਿਣਤੀਆਂ, ਅਕਲੀਅਤਾਂ, ਮਾਈਨੋਰਿਟੀਜ਼ ਲਈ ਨਿਕਲਦਾ ਹੈ ਕਿ ਇਸ ਸਿਸਟਮ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ, ਨਾ ਸਾਡੇ ਲਈ ਇਨਸਾਫ ਨਿਕਲਣਾ ਹੈ, ਨਾ ਸਿਕਿਉਰਿਟੀ ਹੈ, ਨਾ ਕੋਈ ਪ੍ਰਾਈਡ ਨਿਕਲਣਾ, ਸਾਡੇ ਬੱਚੇ ਬੱਚੀਆਂ ਅੱਗੋਂ ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਨੇ ਉਹ ਬਿਲਕੁਲ ਸਲੇਵਸ, ਜਦੋਂ ਅਸੀਂ ਗੁਲਾਮ ਕਹਿੰਦੇ ਹਾਂ, ਗੁਲਾਮਾਂ ਦਾ ਕੋਈ ਫਿਊਚਰ ਨਹੀਂ ਹੁੰਦਾ, ਔਰ ਇਸ ਗੱਲ ਦੇ ਮੱਦੇਨਜ਼ਰ ਸਾਡੇ ਲਈ ਇਹ ਸਭ ਤੋਂ ਅਹਿਮ ਹੈ
ਕਿ ਅਸੀਂ ਐਟਲੀਸਟ ਸਿੱਖ ਕੌਮ ਕਸ਼ਮੀਰੀ ਖੜ੍ਹੇ ਨੇ ਆਪਣਾ, ਇਹਦੇ ਬਾਵਜੂਦ ਚੋਣਾਂ ਦਾ ਡਰਾਮਾ ਸਾਰੇ ਉਸ ਏਰੀਏ 'ਚ ਅਨੰਦਨਾਗ 2% ਤੋਂ ਵੀ ਘੱਟ ਵੋਟਾਂ ਪਈਆਂ ਨੇ, ਇੱਥੇ ਤਾਂ ਖਾਲੀ ਬੈਠੇ ਰਹੇ ਆ ਕੇ ਪੁਲਵਾਮਾ ਔਰ ਦੂਜੇ 'ਚ, ਅੱਜ ਵੀ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਨੇ। ਔਰ ਸਿੱਖ ਕੌਮ ਜਿਹਦੇ ਕੋਲ ਗੁਰੂ ਨੇ ਬਹੁਤ ਹਿੰਮਤ ਰੀਸੋਰਸ ਅੱਜ ਸਾਡੇ ਕੋਲ ਨੇ ਦੁਨੀਆ ਭਰ 'ਚ, ਅਸੀਂ ਡਿਟਰਮਿੰਡਲੀ ਦਰਿਆਏ ਜਮਨਾ ਤੋਂ ਵਾਹਗਾ ਤੱਕ ਜਿਹੜਾ ਸਾਡਾ ਸਿੱਖ ਹੋਮਲੈਂਡ ਹੈ ਖਾਲਿਸਤਾਨ, ਉਹਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਵਾਉਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਭੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਅਤੇ ਬੇਨਤੀ ਕਰ ਦਈਏ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ, TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੋਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਦੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37 ਲੋਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।